ਸਤਿ ਸ਼੍ਰੀ ਅਕਾਲ ਜੀ, ਕੀ ਹਾਲ ਚਾਲ ਹੈ ਤੁਹਾਡਾ ਸਾਰਿਆਂ ਦਾ? ਠੀਕ ਠਾਕ ਹੋ? ਲਓ ਜੀ, ਦਿਨ ਦੀ ਸ਼ੁਰੂਆਤ ਤਾਂ ਕਾਫੀ ਟਾਈਮ ਪਹਿਲਾਂ ਹੋ ਗਈ ਸੀ ਅਤੇ ਆਪਾਂ ਵੀਡੀਓ ਲੇਟ ਬਣਾਉਣੀ ਸ਼ੁਰੂ ਕੀਤੀ ਆ, ਅਤੇ ਮੋਟਰਸਾਈਕਲ ਆਪਾਂ ਖੜ੍ਹਾ ਕਰ ਦਿੱਤਾ ਬਾਹਰ ਤੂੜੀ ਵਾਲੇ ਅੰਦਰ, ਅਤੇ ਉੱਤੋਂ ਬਚਿਆ ਰਹਿੰਦਾ ਬਾਹਰਲੀ ਸਾਈਡ 'ਤੇ। ਅਤੇ ਆਪਾਂ ਹੁਣ ਚੱਲੇ ਹਾਂ ਗੁਰੂ ਘਰ ਮੱਥਾ ਟੇਕਣ ਜੀ। ਟਾਈਮ ਤੋਂ 10:30 ਵੱਜ ਗਏ ਆ, ਲੇਟ ਹੋ ਗਏ ਅੱਜ। ਲੇਟ ਨਹੀਂ ਬਸ, ਵੈਸੇ ਉੱਦਾਂ ਚਲੋ ਕਈ ਵਾਰੀ ਅੰਮ੍ਰਿਤ ਛਾਟ ਬਿਕੇ ਬਿਕ ਪਾਈ। ਆਜਾ ਆਜਾ। ਲਓ ਜੀ, ਆਪਣਾ ਟਾਈਮ ਹੋ ਗਿਆ ਹੁਣ ਪੱਠਿਆਂ ਦਾ। ਇਹ 'ਚ ਨਹੀਂ ਨਾਗਾ ਪਾ ਸਕਦੇ ਆਪਾਂ, ਪੱਕੀ ਡਿਊਟੀ ਹੈ ਪੱਠੇ ਪਾਉਣ ਦੀ, ਵੱਢਣ ਦੀ। ਪੱਠੇ ਪਾ ਕੇ ਅਤੇ ਹੁਣ ਆਪਾਂ ਵੱਢਣੇ, ਕਾਲੀ ਕਾਲੀ ਪੱਠੇ ਵੱਢਣੇ ਆ। ਅਤੇ ਦਿਨ ਛੋਟੇ ਹੋ ਗਿਆ, ਝਾਟੀ ਹਨੇਰਾ ਹੋ ਜਾਂਦਾ ਹੁਣ। ਬਾਜਰੀ ਦੀ ਵੀ ਆਖਰੀ ਲਵਾਈ ਹੈ, ਦੋ ਚਟਾਲੇ ਬੀਜਣੇ, ਜਮੀ ਬੀਜਣੀ ਆ। ਗੋਹਾ ਚੱਕ ਕੇ ਜੋ ਧਾਰ ਚੋਣ ਤੋਂ ਪਹਿਲਾਂ ਗੋਹਾ ਚੱਕ ਲਈਦਾ, ਸਾਫ ਕਰ ਲਈਦਾ ਥੱਲਿਓਂ, ਕਿਉਂਕਿ ਜਦੋਂ ਧਾਰ ਚੋਣੀ ਹੁੰਦੀ ਆ ਫਿਰ ਮੱਛਰ ਕਾਫੀ ਹੋ ਜਾਂਦਾ ਗੋਹਾ ਨਾ ਚੱਕਿਆ ਹੋਵੇ, ਤਾਂ ਕਰਕੇ ਫਿਰ ਪਹਿਲਾਂ ਸਫਾਈ ਕਰ ਲਈਦੀ ਆ, ਥੱਲਿਓਂ ਸਾਫ ਕਰ ਲਈਦਾ ਪਹਿਲਾਂ। ਫਿਰ ਪਸ਼ੂ ਵੀ ਟੈਕੇ ਖੜ੍ਹੇ ਰਹਿੰਦੇ ਆ, ਇਹਦਾ ਪਸ਼ੂ ਵੀ ਮੱਛਰ ਨਾਲ ਫਿਰ ਕਾਫੀ ਟੱਪਦੇ ਆ। ਹੁਣ ਮੋਟਰਾਂ ਦੀਆਂ ਜਿੱਦਾਂ ਜਿੱਦਾਂ ਝੋਨੇ ਪੱਕਣ ਲੱਗ ਪਏ, ਹੁਣ ਲਾਈਟ ਜ਼ਿਆਦਾ ਆਉਣ ਲੱਗ ਪਈ ਮੋਟਰਾਂ ਵਾਲੀ ਦੀ। ਲਓ ਜੀ, ਆਪਾਂ ਤਾਰ ਚੋ ਕੇ ਅਤੇ ਆ ਗਏ ਅੰਦਰ। ਲਓ ਜੀ, ਮੂਹਰੇ ਮੋਤੀ ਹੋਣੀ ਵੀ ਵੈਲਕਮ ਕਰਦੇ ਪਹਿਲਾਂ ਹੀ ਮੂਹਰੇ ਖੜ੍ਹੇ, ਜੀਭਾਂ ਸਵਾਰਨ ਡਿਆ ਵੀ ਦੁੱਧ ਪੀਵਾਂਗੇ ਹੁਣ। ਅਤੇ ਆਪਾਂ ਲਿਆਂਦਾ ਸੀਗਾ ਨਰਸਰੀ ਦੇ ਵਿੱਚੋਂ ਨਿੰਬੂਆਂ ਦਾ ਬੂਟਾ, ਅਤੇ ਉਹ ਆਪਣੇ ਘਰ ਦੇ ਮੂਹਰੇ ਜਗ੍ਹਾ ਆ ਆਪਣੇ ਘਰ ਦੀ, ਅਤੇ ਉੱਥੇ ਜਗ੍ਹਾ ਦੇ ਕੋਲ ਹੀ ਆਪਾਂ ਲਾ ਦਿੱਤਾ, ਕਾਫੀ ਵਧੀਆ ਆ ਵਰਾਇਟੀ ਇਹ ਨਿੰਬੂਆਂ ਦੀ। 6-7 ਫੁੱਟ ਰਹਿੰਦਾ ਆ ਇਹਦੀ ਹਾਈਟ ਵੀ, ਅਤੇ ਕਾਫੀ ਇਹਨੂੰ ਫਲ ਲੱਗਦਾ ਆ। ਅਤੇ ਆਪਾਂ ਜਗ੍ਹਾ ਦੀ ਮੂਹਰਲੀ ਸਾਈਡ ਹੀ ਲਾ ਦਿੱਤਾ, ਇੱਕ ਸਾਈਡ ਨੂੰ ਪਹਿਲਾਂ ਵੀ ਲਾਏ ਹੋਏ ਆ ਬੂਟੇ, ਫਲਾਂ ਦੇ ਬੂਟੇ ਆ ਲਾਏ ਹੋਏ, ਜਿੱਦਾਂ ਆਹਦਾ ਨਿੰਬੂਆਂ ਦਾ ਲਾਇਆ ਹੋਇਆ, ਆਹ ਅਮਰੂਦਾਂ ਦਾ ਲੱਗਾ ਹੋਇਆ, ਆਹ ਅੰਬਾਂ ਦਾ ਬੂਟਾ ਲੱਗਾ, ਆੜੂ ਲੱਗੇ ਹੋਏ ਆ। ਇਹਨਾਂ ਨੂੰ ਤਾਂ ਐਕਤੀ ਫਲ ਵੀ ਵਧੀਆ ਲੱਗਾ ਸੀਗਾ, ਅਮਰੂਦ ਵੀ ਕਾਫੀ ਲੱਗੇ ਸੀਗੇ ਐਕਤੀ। ਅਤੇ ਆਪਣੇ ਘਰ ਦੇ ਬਿਲਕੁਲ ਸਾਹਮਣੇ ਹੀ ਆ ਜਗ੍ਹਾ ਦਾ, ਉੱਥੇ ਫਿਰ ਲਾ ਦਈਏ ਆਪਾਂ ਜਗ੍ਹਾ ਦੇ ਮੂਹਰੇ, ਜੇ ਕੋਈ ਫਲ ਦਾ ਬੂਟਾ ਲਿਆਈਏ। ਕਿਆ ਮੋਹਾਲ ਆ ਘਰ ਦੇ ਮੂਹਰੇ, ਚੜ੍ਹਾ ਖੁੱਲ੍ਹਾ ਡੁੱਲਾ ਪਾਣੀ, ਕਿਆ ਮੋਹਾਲ ਪਿੰਡਾਂ ਦੀ ਆ, ਘਰ ਦਾ ਘਰ ਆ, ਖੂਹ ਦਾ ਖੂਹ ਆ। ਕੰਮ ਕੁੰਮ ਖਤਮ ਕਰਕੇ ਅਤੇ ਹੁਣ ਆਪਾਂ ਨੂੰ ਇੱਕ ਗੇੜਾ ਆ ਜੀ ਸ਼ਹਿਰ ਦਾ, ਜਿਹੜਾ ਆਂਟੀ ਉਹਨਾਂ ਨੂੰ ਇੱਕ ਦਿਨ ਛੱਡਣ ਗਏ ਸੀ ਸ਼ਹਿਰ ਨੂੰ ਟ੍ਰੇਨ 'ਚ, ਅੱਜ ਉਹਨਾਂ ਨੂੰ ਲੈਣ ਜਾਂਦੇ ਪਏ ਹਾਂ। ਅਤੇ ਟ੍ਰੇਨ ਆਪਣੇ ਟਾਈਮ ਤੋਂ ਪੂਰੇ 1.5 ਘੰਟਾ ਲੇਟ ਆ, ਅਸੀਂ 10:30 ਪਹੁੰਚ ਗਏ ਸੀਗੇ ਅਤੇ 11:15 ਆਈ ਟ੍ਰੇਨ। ਆ ਗਏ ਆਂਟੀ ਹੁਣੀ ਵੀ, ਅਤੇ ਹੁਣ ਬਾਪ ਆਂਟੀ ਹੁਣਾਂ ਲੈ ਕੇ ਚੱਲੇ